नहीं मैं देना, ताज बास सब इनसे लेना। कि गलत ताज दी है, बाज तो एक बहाना बन रहा, एक साधन बन रहा है। हुण जिहड़ी वर्डली विजडम है, दुनियावी सियाणपो तां इह कहिंदी सी वी लोड़ की सी इस गल तों। सो इह एक डूंघा रहस्सा, जदों असीं इतिहास नूं देखदे हां असीं कई वार आदी हो चुके हां जिहड़ी मॉडर्न एजुकेशन है कि हर चीज़ दे कोई रैशनल काज हुंदे है, रैशनल एनालिसिस च पै जांदे आ। कुछ गल्लां तर्क तों बाहर भी हुंदियां जाके, क्योंकि तर्क लागू हुंदा दृष्टमान जगत दे उत्ते, जो सानू दिसदा है। दिसदे तों अगे भी बहुत कुछ है, कुछ गल्लां कितों होर तय हो रही हैं। दृष्टमान इतिहास दे पिछोकड़ च एक होर वर्तारा वापर रहा है, कुछ गल्लां उत्थों तय हुंदियां। सो मेरे कहण तों भाव सी कि गुरु साहब ने सिखां नूं जंग दे अनुभव चों लंघाउणा सी, ते जंग दे अनुभव कराउण वास्ते कई वार प्रभोक भी करना पैंदा एनमी नूं। मेरा ख्याल है कि जिहड़ा बाज दा मसला सी ओह उस मौके दी हकूमत नूं प्रभोक करन वास्ते सी कि जंग दे अमल च पिया जावे, क्योंकि बाज तों अगे ताज मिलना सी। पर नाल ही इन्नी अहम गल इह है कि उसे एक जंग चों ताज नहीं मिलना सी, अजे बड़ा कुछ होर होना सी। ਕਿੰਨੀਆਂ ਸ਼ਹੀਦੀਆਂ, ਕਿੰਨੀਆਂ ਜੰਗਾਂ, ਉਹ ਸਾਰਾ ਕੁਛ ਹੋ ਕੇ ਕਿੰਨੇ ਸਾਲਾਂ ਬਾਅਦ ਜਾ ਕੇ ਤੁਸੀਂ ਦੇਖੋ ਫਿਰ ਉਹ ਤਾਜ ਆਇਆ। ਇਹ ਹੁੰਦੀ ਹੈ ਇੰਟਿਊਸ਼ਨ ਕਹਿ ਲਓ, ਕਿ ਜਿਹੜੀ ਆਮ ਵਿਦਵਾਨ ਨੂੰ, ਆਮ ਸੰਸਾਰਕ ਬੰਦੇ ਨੂੰ ਗੱਲ ਸਮਝ ਨਹੀਂ ਆਉਂਦੀ, ਪਰ ਜਿਹਦੀ ਲਿਬ ਕਿਤੇ ਹੋਰ ਲੱਗ ਚੁੱਕੀ ਹੁੰਦੀ ਹੈ, ਉਹਨੂੰ ਰੋਸ਼ਨੀ ਕਿਤੋਂ ਹੋਰ ਮਿਲਦੀ ਹੈ ਕਿ ਮੇਰਾ ਅਗਲਾ ਸਟੈਪ ਕੀ ਹੋਊ। ਇਸ ਗੱਲ ਨੂੰ ਮੈਂ ਤਾਂ ਇੱਥੇ ਐਮਫੇਸਾਈਜ਼ ਕਰ ਰਿਹਾ, ਜ਼ੋਰ ਦੇ ਰਿਹਾ ਕਿ ਜਿਹੜਾ ਸਾਡਾ ਸਾਰਾ ਪਿਛਲਾ ਇਤਿਹਾਸ ਹੈ, ਖਾਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਰੋਲ, ਉਹ ਸਾਨੂੰ ਉਨ੍ਹਾਂ ਚਿਰ ਸਮਝ ਨਹੀਂ ਆਊਗਾ ਜੇ ਅਸੀਂ ਨੂੰ ਆਪਦੀਆਂ ਐਨਕਾਂ ਰਾਹੀਂ ਦੇਖਾਂਗੇ ਦੁਨਿਆਵੀ ਸਿਆਣਪ ਦੀਆਂ। ਕਿ ਸੰਤਾਂ ਨੂੰ ਇਹ ਗੱਲ ਪਤਾ ਲੱਗ ਗਿਆ ਸੀ ਕਿ ਸਿੱਖ ਗੁਲਾਮ, ਅਤੇ ਗੁਲਾਮੀ ਹੁਣ ਸਹਿਣ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ, ਮੇਰਾ ਖਿਆਲ ਹੈ ਕਿ ਸਿੱਖ ਵਾਸਤੇ ਇਹਦਾ ਜਵਾਬ ਕੋਈ ਬਹੁਤਾ ਔਖਾ ਨਹੀਂ। ਕਿ ਗੁਰੂ ਸਾਹਿਬ ਨੇ ਜੋ ਵੀ ਕੀਤਾ, ਹਰ ਗੁਰੂ ਨੂੰ ਮਗ ਦੇ ਅੰਗਿਆਰਾਂ 'ਤੇ ਤੁਰਨਾ ਪਿਆ, ਤੱਤੀਆਂ ਤਵੀਆਂ 'ਤੇ ਹੀ ਬੈਠਣਾ ਪਿਆ, ਸੀਸ ਵੀ ਲੱਗ ਗਏ, ਸਰਬੰਸ ਵੀ ਵਾਰੇ, ਕਿੰਨੇ ਪਿਆਰੇ ਸਿੰਘ ਕਿੰਨੀਆਂ ਜੰਗਾਂ ਦੇ ਵਿੱਚ ਸ਼ਹੀਦ ਹੋਏ, ਕਾਹਦੇ ਵਾਸਤੇ? ਇਹੀ ਸੀ ਕਿ ਗੁਲਾਮੀ ਦਾ ਜਿਹੜਾ ਪੈ ਗਿਆ ਦਾਗ ਪੱਕਾ, ਬੰਦਿਆਂ ਦਾ ਸਵੈਮਾਣ ਮਰ ਗਿਆ, ਆਜ਼ਾਦੀ ਦੀ ਰੀਝ ਮਰ ਗਈ, ਉਹ ਜਗਾਈ ਜਾਵੇ। ਅਤੇ ਉਹ ਇਕੱਲੇ ਭਾਸ਼ਣਾਂ ਨਾਲ ਨਹੀਂ ਸੀ ਜਾਗਣੀ, ਉਹਦੇ ਵਾਸਤੇ ਕਿਸੇ ਅਨੁਭਵ 'ਚੋਂ ਲੰਘਾਉਣਾ ਜ਼ਰੂਰੀ ਸੀ। ਸੇਮ ਗੱਲ ਸੰਤ ਜਰਨੈਲ ਸਿੰਘ ਨੂੰ ਲੱਗੀ ਸੀ ਕਿ ਉਦੋਂ ਤਾਂ ਅਜੇ ਗੱਲ ਸੌਖੀ ਸਮਝ ਆ ਸਕਦੀ ਸੀ, ਅੱਜ ਤਾਂ ਇਹ ਅਜਿਹਾ ਜਾਲ ਬਣਿਆ ਪਿਆ ਸਾਰੀ ਗੱਲ ਦਾ, ਇਹ ਤੋੜਨ ਵਾਸਤੇ ਕੌਮ ਨੂੰ ਫਿਰ ਇੱਕ ਜੰਗ ਦੇ ਅਨੁਭਵ 'ਚੋਂ ਲੰਘਾਉਣਾ ਜ਼ਰੂਰੀ ਹੈ, ਜਿੱਥੋਂ ਉਹਨਾਂ ਨੇ 78 ਤੋਂ ਬਾਅਦ ਸ਼ੁਰੂ ਕੀਤੀ। ਹੁਣ ਉਸ ਮੌਕੇ ਲੋਕਾਂ ਨੂੰ ਬਹੁਤ ਓਪਰੀ ਲੱਗਦੀ ਸੀ। ਇੱਕ ਹੁਣ ਨਵਾਂ ਤੱਥ ਸਾਹਮਣੇ ਆਇਆ ਕਿ ਨਛੱਤਰ ਸਿੰਘ ਰੋਡੇ, ਜਿਹਨੇ ਲਾਲਾ ਜਗਤ ਨਾਰਾਇਣ ਮਾਰਿਆ ਸੀ, ਉਹ ਪਹਿਲਾਂ ਸਾਡੇ ਨਾਲ ਰਿਹਾ ਨਕਸਲਾਈਟ ਮੂਵਮੈਂਟ ਦੇ ਵਿੱਚ, ਅਤੇ ਸਾਡੇ ਨਾਲ ਵੀ ਉਹ ਇਸ ਤਰ੍ਹਾਂ ਹੀ ਇਸ ਸ਼ਰਤ 'ਤੇ ਉਹ ਆਇਆ ਸੀ ਕਿ ਜੇ ਕੋਈ ਐਕਸ਼ਨ ਕਰਾਉਣਾ ਕਰਾ ਲਓ, ਵੈਸੇ ਮੈਂ ਲਹਿਰ 'ਚ ਨਹੀਂ ਆਉਂਦਾ, ਵੀ ਮੇਰਾ ਤਾਂ ਇੰਨਾ ਕੀ ਕੰਮ ਹੈ, ਮੈਂ ਆਹ ਕੰਮ ਕਰ ਸਕਦਾ। ਉਸ ਨੇ ਲਿਖਿਆ ਆਪਣੀ ਸਵੈ ਜੀਵਨੀ ਛੋਟੀ ਜੀ ਕਿ ਸੰਤ ਆਏ ਰੋਡੇ ਪਿੰਡ ਦੇ ਵਿੱਚ, ਉੱਥੇ ਦੀਵਾਨ ਲੱਗਿਆ ਆਪਣਾ ਧਰਮ ਪ੍ਰਚਾਰ ਕਰ ਰਹੇ ਸੀਗੇ, ਅਤੇ ਸੁਨੇਹਾ ਦੇ ਕੇ ਨਛੱਤਰ ਨੂੰ ਬੁਲਾਇਆ ਘਰੋਂ ਕਿ ਨਛੱਤਰ ਸਿੰਘ ਨੂੰ ਬੁਲਾ ਕੇ ਲਿਆਓ। ਲੋਕ ਨਾਲ ਦੇ ਸਿੰਘਾਂ ਨੂੰ ਬੜੀ ਹੈਰਾਨੀ ਹੋਈ ਵੀ ਉਹ ਸ਼ਰਾਬੀ ਬੰਦਾ ਹੈ, ਕਾਮਰੇਡ ਵੀ ਹੈ, ਅਤੇ ਤੁਸੀਂ ਨਛੱਤਰ ਤੋਂ ਕੀ ਲੈਣਾ, ਦਾੜੀ ਕੱਟਦਾ ਹੈ, ਆਪਣੇ ਨਾਲ ਤਾਂ ਉਹਦਾ ਕੋਈ ਮੇਲ ਨਹੀਂ। ਪਰ ਸੰਤਾਂ ਨੂੰ ਪਤਾ ਸੀ ਕਿ ਕੋਈ ਮੇਲ ਹੈ, ਉਹਨਾਂ ਨੇ ਸੁਨੇਹਾ ਦੇ ਕੇ ਬੁਲਾਇਆ ਉਹਨੂੰ, ਉਹ ਆਇਆ, ਆ ਕੇ ਉਹਨੂੰ ਅਲੱਗ ਖੇਤਾਂ 'ਚ ਲਿਜਾ ਕੇ ਦੂਰ ਗੱਲ ਕੀਤੀ। ਉਹ ਗੱਲ ਇਹ ਸੀ ਸੰਖੇਪ ਦੇ ਵਿੱਚ, ਕਹਿੰਦੇ ਸਮਾਂ ਬੜਾ ਭਿਆਨਕ ਆ ਰਿਹਾ, ਉਹਦੇ ਵਾਸਤੇ ਕੌਮ ਨੂੰ ਤਿਆਰ ਹੋਣਾ ਪੈਣਾ, ਅਤੇ ਉਹਦੇ ਵਾਸਤੇ ਸਾਨੂੰ ਹਥਿਆਰਾਂ ਦੀ ਲੋੜ ਹੈ, ਤੇਰਾ ਤਜਰਬਾ ਹੈ,
ਅਤੇ ਤੇਰੇ ਕੋਲ ਸੋਮੇ ਵੀ ਨੇ ਅਤੇ ਤੂੰ ਸਾਨੂੰ ਜਿੰਨੇ ਵੀ ਕਿਤੋਂ ਹਥਿਆਰ ਲਿਆ ਕੇ, ਉਦੋਂ ਹਥਿਆਰ ਕੀ ਸੀ, 12 ਬੋਰ ਦੇ ਪਿਸਤੌਲ ਹੀ ਹੁੰਦੇ ਸੀ। ਉਹ ਹਨੂਮਾਨਗੜ੍ਹ ਤੋਂ ਲਿਆ ਕੇ ਜਾ ਕੇ ਉਹਨੇ ਕੁਛ ਪਿਸਤੌਲ ਲਿਆ ਕੇ ਦਿੱਤੇ ਵੀ ਉਹਨਾਂ ਨੂੰ, ਅਤੇ ਉਦੋਂ ਵੀ ਉਹਨੇ ਸੰਤਾਂ ਨਾਲ ਇਹੀ ਗੱਲ ਕੀਤੀ ਕਿ ਮੈਂ ਤੁਹਾਡੀ ਮਰਿਆਦਾ ਦਾ ਪਾਲਣ ਨਹੀਂ ਕਰ ਸਕਦਾ, ਮੈਂ ਤੁਹਾਡੇ ਜਥੇ ਦਾ ਮੈਂਬਰ ਨਹੀਂ ਬਣ ਸਕਦਾ, ਉਂਝ ਤੁਸੀਂ ਜੋ ਸੇਵਾ ਲਾਓਗੇ ਮੈਂ ਉਹ ਕਰ ਦੂੰਗਾ। ਉਹਨੇ ਉਵੇਂ ਕੀਤਾ। ਚਲੋ, ਮੇਰਾ ਇਹ ਗੱਲ ਦੱਸਣ ਤੋਂ ਭਾਵ ਇਹ ਸੀ ਕਿ ਸੰਤਾਂ ਨੂੰ ਉਦੋਂ ਚਾਨਣ ਹੋ ਗਿਆ ਸੀ ਕਿਤੇ ਕਿ ਗੱਲ ਇੱਧਰ ਨੂੰ ਜਾਣੀ ਹੈ ਅਤੇ ਕੌਮ ਨੂੰ ਇਸ ਗੱਲ ਵਾਸਤੇ ਤਿਆਰ ਕਰਨਾ ਹੈ। ਸੋ ਇਹ ਜਿਹੜੀ ਗੱਲ ਹੈ ਕਿ ਗੁਲਾਮੀ ਦਾ ਅਹਿਸਾਸ ਹੋ ਜਾਣਾ ਅਤੇ ਉਹਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਸੰਘਰਸ਼ ਕਰਨਾ, ਇਹ ਸਬਕ ਸੰਤਾਂ ਨੇ ਕੌਮ ਨੂੰ ਸਿਖਾਇਆ, ਜਿੰਨਾ ਕੁ ਸਿਖਾ ਸਕਦੇ ਸੀ ਜਿੰਨਾ ਸਮਾਂ ਸੀ, ਜਿਹਦੇ ਵਿੱਚੋਂ ਫਿਰ ਇੱਕ ਸੰਘਰਸ਼ ਚੱਲਿਆ, ਤਕਰੀਬਨ 8-10 ਸਾਲ ਚੱਲਿਆ, ਹਜ਼ਾਰਾਂ ਦੀ ਗਿਣਤੀ ਸ਼ਹੀਦੇ ਹੋਏ, ਚਲੋ ਵੱਖਰੀ ਗੱਲ ਹੈ। ਹੁਣ ਇਹ ਕਿ ਐਡੇ ਕੁਛ ਤੋਂ ਬਾਅਦ ਅੱਜ ਜੋ ਸਾਡੀ ਹਾਲਾਤ ਹੈ ਉਹ ਇੰਨਾ ਮਾੜਾ ਕਿਉਂ ਬਣ ਗਿਆ? ਜਿਹੜਾ ਹਰ ਸਿੱਖ ਨੂੰ ਬੋਦਰ ਕਰਦਾ ਕੁਛ ਹੱਦ ਤੱਕ, ਜਾਂ ਇਹਦੇ ਵਿੱਚੋਂ ਅਸੀਂ ਕਿਵੇਂ ਨਿਕਲੀਏ? ਬੜੇ ਯਤਨ ਹੋ ਰਹੇ ਨੇ ਪਿਛਲੇ ਕਿੰਨੇ ਸਾਲਾਂ ਤੋਂ, ਕਦੇ ਏਕਤਾ ਦੀ ਗੱਲ ਤੁਰਦੀ ਹੈ, ਕਦੇ ਕੋਈ ਪ੍ਰਪੋਜ਼ਲ ਆਉਂਦੀ ਹੈ। ਅੱਜ ਹਰਜੀਤ ਸਿੰਘ ਨੇ ਵੀ ਜਿਹੜੀਆਂ ਗੱਲਾਂ ਕੀਤੀਆਂ ਉਹ ਸਾਰੀਆਂ ਤਰਕੀਬਾਂ ਵੀ ਅਸੀਂ ਇਸ ਤਰ੍ਹਾਂ ਕਰੀਏ। ਮੇਰਾ ਖਿਆਲ ਹੈ ਕਿ ਇਸ ਮਸਲੇ ਦਾ ਹੱਲ ਕੀ ਹੈ ਇਹ ਸਮਝਣ ਵਾਸਤੇ ਪਹਿਲਾਂ ਇਹ ਕਿ ਮਰਜ਼ ਕੀ ਹੈ। ਡਾਕਟਰ ਹਮੇਸ਼ਾ ਹੀ ਪਹਿਲਾਂ ਡਾਇਗਨੋਸ ਕਰਦਾ ਕਿ ਬਿਮਾਰੀ ਕੀ ਹੈ, ਫਿਰ ਉਸ ਹਿਸਾਬ ਨਾਲ ਦਵਾਈ ਦਿੱਤੀ ਜਾਂਦੀ ਹੈ। ਸੋ ਅਸੀਂ ਆਪਣੀ ਮਰਜ਼ ਬੁੱਝੀਏ ਪਹਿਲਾਂ। ਕਈ ਵਾਰ ਸਿਮਟਮਸ ਨੂੰ ਬਿਮਾਰੀ ਸਮਝ ਲਿਆ ਜਾਂਦਾ, ਲੱਛਣਾਂ ਤੋਂ ਤੁਰ ਕੇ ਬਿਮਾਰੀ ਤੱਕ ਪਹੁੰਚਣਾ ਹੁੰਦਾ ਹੈ ਵੀ ਆਹ ਉਹਦੇ ਲੱਛਣ, ਪਰ ਬਿਮਾਰੀ ਆਹ ਹੈ। ਅਸੀਂ ਲੱਛਣਾਂ 'ਤੇ ਜ਼ੋਰ ਲਾ ਰਹੇ ਹਾਂ ਕਿ ਪੰਥ 'ਚ ਏਕਤਾ ਨਹੀਂ, ਏਕਤਾ ਕਰੋ। ਹੁਣ ਜੇ ਫੁੱਟ ਹੈ, ਵੰਡੀਆਂ, ਲੜਾਈਆਂ ਹੋ ਰਹੀਆਂ, ਇਹ ਤਾਂ ਸਿਮਟਮ ਨੇ ਕਿਸੇ ਗੱਲ ਦੇ, ਅਤੇ ਇਹ ਤੁਸੀਂ ਐਵੇਂ ਧੱਕੇ ਨਾਲ ਵੀ ਨਹੀਂ ਸਿਰ ਜੋੜ ਕੇ ਬੈਠੋ, ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ, ਇਹ ਤਾਂ ਕਦੇ ਪਰਿਵਾਰਾਂ 'ਚ ਵੀ ਨਹੀਂ ਹੁੰਦਾ। ਪਰਿਵਾਰਾਂ 'ਚ ਬੈਠ ਕੇ ਵੀ ਮਸਲੇ ਦੀ ਤਹਿ ਤੱਕ ਜਾਣ ਦੀ ਜੇ ਕੋਸ਼ਿਸ਼ ਹੋਊ ਫਿਰ ਪਰਿਵਾਰਾਂ 'ਚ ਇਤਫਾਕ ਹੋ ਜਾਊਗਾ, ਅਤੇ ਨਹੀਂ ਇਕੱਲੀ ਇੱਛਾ ਜਾਂ ਚਾਹੁਣ ਨਾਲ ਨਹੀਂ ਹੁੰਦਾ। ਇਸ ਤਰ੍ਹਾਂ ਹੀ ਸਾਡੇ ਹੈ। ਹੁਣ ਜਿਹੜੀਆਂ ਵੰਡੀਆਂ ਪੈ ਗਈਆਂ ਵੀ ਅਲੱਗ ਅਲੱਗ ਧੜੇ ਬਣ ਗਏ, ਹੁਣ ਧੜੇ ਦਾ ਆਧਾਰ ਕੀ ਹੁੰਦਾ? ਸਵਾਰਥ ਅਤੇ ਹਉਮੈ, ਇਹ ਦੁਬਣਾ ਧੜਾ ਨਹੀਂ ਬਣ ਸਕਦਾ। ਜੇ ਬੰਦੇ 'ਚੋਂ ਸਵਾਰਥ ਮਰ ਗਿਆ, ਮੈਂ ਮਰ ਗਈ, ਉਹ ਤਾਂ ਪੰਥ ਨੂੰ ਸਮਰਪਿਤ ਹੋ ਗਿਆ, ਉਹ ਪੰਥ ਬਾਰੇ ਸੋਚੂ, ਆਪਦੇ ਬਾਰੇ ਨਹੀਂ। ਕੋਈ ਵੀ ਮਸਲਾ ਆਉਂਦਾ, ਕੁਛ ਵੀ ਆਉਂਦਾ, ਪੰਥ ਦੇ ਹਿੱਤ ਕੀ ਮੰਗ ਕਰਦੇ ਨੇ? ਸੰਤਾਂ ਨੇ ਇਸ ਤਰ੍ਹਾਂ ਹੀ ਕੀਤਾ ਸੀ। ਜਦੋਂ ਉਹਨਾਂ ਨੇ ਇਹ ਕਿਹਾ ਕਿ ਸਿੱਖ ਭਾਰਤ ਅੰਦਰ ਗੁਲਾਮ ਨੇ, ਗੁਲਾਮੀ ਦੇ ਜੂਲੇ ਨੂੰ ਲਾਉਣ ਵਾਸਤੇ ਕੌਮ ਨੂੰ ਇੱਕ ਝੰਡੇ ਥੱਲੇ, ਇੱਕ ਨਿਸ਼ਾਨ ਥੱਲੇ ਇੱਕ ਮੁੱਠ ਕਰਨਾ ਪਊ, ਅਤੇ ਉਹ ਇੱਕ ਮੁੱਠ ਕਰਨ ਵਾਸਤੇ ਤਿਆਗ ਦੀ ਜ਼ਰੂਰਤ ਹੁੰਦੀ ਹੈ। ਅਗਲਾ ਸਟੈਪ ਉਹਨਾਂ ਦਾ ਇਹ ਸੀ ਮੈਂ ਕੋਈ ਅਹੁਦਾ ਨਹੀਂ ਲੈਣਾ। ਹੁਣ ਜੇ ਉਹ ਇਹ ਐਲਾਨ ਨਾ ਕਰਦੇ ਮੈਂ ਅਹੁਦਾ ਨਹੀਂ ਲੈਣਾ, ਇਹ ਇਕੱਲਾ ਐਲਾਨ ਨਹੀਂ ਸੀ। ਇਹ ਨਹੀਂ ਕਿ ਅੰਦਰ ਭਾਵਨਾ ਪਈ ਹੋਵੇ ਤਾਂ ਉੱਤੋਂ ਐਲਾਨ ਕਰੀ ਜਾਵੇ, ਦੋਗਲਾ, ਇਹ ਨਹੀਂ। ਨਾ ਅਹੁਦਾ ਲਿਆ ਅਤੇ ਨਾ ਕੋਈ, ਉਹ ਭੁੱਖ ਮਰ ਜਾਂਦੀ ਆ ਬੰਦੇ ਦੀ। ਸੋ ਜੇ ਇਹੀਆਂ ਜਿਹੜੀਆਂ ਅੰਦਰ ਭੁੱਖਾਂ ਪਈਆਂ ਅਹੁਦੇ ਦੀਆਂ, ਮੈਨੂੰ ਆਹ ਮਿਲ ਜੇ, ਹਉਮੈ ਹੈ, ਸਵਾਰਥ ਹੈ, ਇਹ ਸਾਰੀਆਂ ਗੱਲਾਂ ਜੇ ਨਹੀਂ ਮਰਦੀਆਂ ਅਸੀਂ ਇੱਕ ਮੁੱਠ ਕਿਵੇਂ ਹੋ ਜਾਵਾਂਗੇ? ਅਸੀਂ ਬੰਦਿਆਂ ਨੂੰ ਇਹ ਕਹਿੰਦੇ ਹਾਂ ਵੀ ਤੁਸੀਂ ਨਿਰਭੈ ਹੋਵੋ, ਡਰੋ ਨਾ। ਉਹ ਡਰ ਤੋਂ ਕਿਹੜੀ ਚੀਜ਼ ਮੁਕਤ ਕਰੂ? ਜੇ ਤੁਹਾਨੂੰ ਪਦਾਰਥ ਦੀ ਖਿੱਚ ਪਈ ਹੈ, ਚੀਜ਼ਾਂ ਦੀ, ਸੰਸਾਰ ਨਾਲ ਪੂਰਾ ਮੋਹ ਹੈ, ਮੇਰਾ ਘਰ ਵੀ ਚੰਗਾ ਹੋਵੇ, ਮੇਰੀ ਕਾਰ ਵੀ ਚੰਗੀ ਹੋਵੇ, ਮੇਰੇ ਕੋਲ ਪੈਸਾ ਵੀ ਬਹੁਤ ਹੋਵੇ, ਇੱਕ ਐਸ਼ ਜ਼ਿੰਦਗੀ 'ਚ ਵਧੀਆ ਜਿਉਣਾ ਚਾਹੁੰਦੇ ਹੋ, ਜੇ ਉਹ ਚੀਜ਼ਾਂ ਦਾ ਮੋਹ ਪਿਆ ਤਾਂ ਤੁਸੀਂ ਜ਼ਿੰਦਗੀ 'ਚ ਪੈਰ ਪੈਰ 'ਤੇ ਸਮਝੌਤਾ ਕਰੋਗੇ, ਅਪਮਾਨ ਵੀ ਸਹਿਣ ਕਰਨਾ ਪਊ। ਅਪਮਾਨ ਸਹਿਣ ਕਰਨਾ ਬੜਾ ਔਖਾ ਹੁੰਦਾ, ਫਿਰ ਉਹਨੂੰ ਅਣਡਿੱਠ ਕਰਨਾ ਪਊ, ਮਨ ਨੂੰ ਇਸ ਗੱਲ 'ਤੇ ਲਿਆਉਣਾ ਪਊ ਵੀ ਨਹੀਂ ਇਹ ਅਪਮਾਨ ਹੈ ਹੀ ਨਹੀਂ, ਮੁਨਕਰ ਹੋਣਾ ਪਊ, ਡਿਨਾਇਲ, ਇਹ ਸਭ ਤੋਂ ਵਧੀਆ ਹੁੰਦਾ, ਮੰਨੋ ਹੀ ਨਾ ਵੀ ਕੋਈ ਇਹੋ ਜਿਹੀ ਗੱਲ ਹੋ ਰਹੀ ਹੈ। ਇਸ ਤਰ੍ਹਾਂ ਢੀਠ ਬਣਨਾ ਪੈਂਦਾ।
ਅਕਾਲੀ ਆਗੂ ਇਸ ਤਰ੍ਹਾਂ ਢੀਠ ਬਣ ਚੁੱਕੇ ਨੇ, ਪਰ ਉਹਨਾਂ ਨੇ ਵੀ ਇੱਕ ਪ੍ਰੋਸੈਸ ਰਾਹੀਂ ਬਣੇ। ਸਵਾਰਥ ਆਇਆ ਉਹਦੇ 'ਚ ਤੁਰਦੇ ਤੁਰਦੇ, ਜੋ ਅੱਜ ਬਣ ਗਏ ਉਹ ਅੱਜ ਤੋਂ 20 ਸਾਲ ਪਹਿਲਾਂ ਇਸ ਤਰ੍ਹਾਂ ਨਹੀਂ ਸੀ, ਇੱਕ ਪ੍ਰੋਸੈਸ ਰਾਹੀਂ ਜਾ ਕੇ ਬਣੇ। ਸੋ ਇਹ ਜਿਹੜੀ ਸਾਡੀ ਅੱਜ ਹਾਲਤ ਹੈ, ਜੋ ਜਸਜੀਤ ਸਿੰਘ ਨੇ ਵੀ ਗੱਲਾਂ ਦੱਸੀਆਂ ਨਾ, ਵੀ ਉਹਦਾ ਕਾਰਨ ਇਹ ਹੈ ਕਿ ਸਾਡੇ ਸਵਾਰਥ ਵੀ ਹੈ, ਲਾਲਚ ਵੀ ਹੈ, ਹਉਮੈ ਵੀ ਹੈ, ਕ੍ਰੋਧ ਵੀ ਹੈ, ਜਿਹੜੇ ਵਿਕਾਰਾਂ ਦੀ ਅਸੀਂ ਗੱਲ ਕਰਦੇ ਹਾਂ ਮਨੋ ਵਿਕਾਰਾਂ ਦੀ, ਉਹ ਸਾਰੇ ਹੈਗੇ। ਅਤੇ ਜੇ ਸਾਰੇ ਵਿਕਾਰ ਹੈ ਫਿਰ ਕੀ ਅਸੀਂ ਸਿੱਖ ਕਹਾਉਣ ਦੇ ਹੱਕਦਾਰ ਹਾਂ ਜਾਂ ਗੁਰੂ ਦੇ ਸਿੱਖ? ਚਲੋ ਸਿੱਖ ਤਾਂ ਐਥਨੀਕਲੀ ਕਹਿ ਲਓ ਵੀ ਸਿੱਖ ਪਰਿਵਾਰ 'ਚ ਜੰਮੇ ਆ, ਜਿਵੇਂ ਬਾਕੀ ਹੈ ਕੋਈ, ਕੁਛ ਕੁਰਦਨ, ਕੁਛ ਸਿੱਖ ਹਨ, ਕੁਛ ਮੁਸਲਮਾਨ ਹੈ, ਕੁਛ ਹਿੰਦੂ ਹੈ। ਪਰ ਜੇ ਗੁਰੂ ਦੇ ਸਿੱਖ ਹਾਂ, ਵੀ ਫਿਰ ਜੇ ਇਹ ਚੀਜ਼ਾਂ ਪਈਆਂ ਅਤੇ ਇਹਨਾਂ ਨੂੰ ਅਸੀਂ ਦੂਰ ਕਰਨ ਵਾਸਤੇ ਕੋਈ ਰਾਹ ਨਹੀਂ ਚੁਣਦੇ, ਕੋਈ ਸਟੈਪ ਨਹੀਂ ਚੁੱਕਦੇ, ਕੋਈ ਐਫਰਟ ਨਹੀਂ ਕਰਦੇ, ਫਿਰ ਕੀ ਅਸੀਂ ਗੁਰੂ ਦੇ ਸਿੱਖ ਹਾਂ? ਹੁਣ ਬਹੁਤ ਕੁਛ ਅਜਿਹਾ ਵਾਪਰ ਰਿਹਾ ਜਿਹਨੂੰ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ। ਇੱਕ ਵਰਗ ਨੂੰ ਇਹ ਲੱਗਦਾ ਕਿ ਜੋ ਗੁਰਬਾਣੀ ਦੀ ਮੇਰੀ ਵਿਆਖਿਆ ਉਹੀ ਸਹੀ ਹੈ, ਇਹ ਲੱਗ ਸਕਦਾ, ਹਮੇਸ਼ਾ ਹੀ ਲੱਗਦਾ ਹੈ, ਇਹ ਗੁਰੂਆਂ ਵੇਲੇ ਵੀ ਸੀ, ਇਹ ਕਦੇ ਨਹੀਂ ਖਤਮ ਹੋਊਗਾ ਮਸਲਾ। ਤੁਸੀਂ ਕਹੋ ਨਾ ਵਿਚਾਰਾਂ 'ਚ ਪੂਰਨ ਇੱਕ ਮਤਤਾ ਆ ਜੇ, ਇਹ ਤਾਂ ਕਦੇ ਵੀ ਨਹੀਂ ਹੋਊ। ਅਤੇ ਜੇ ਵਿਚਾਰਾਂ 'ਚ ਪੂਰਨ ਇੱਕ ਮਤਤਾ ਨਹੀਂ ਆਉਂਦੀ, ਬਖਰੇਵੇਂ ਹੈ, ਫਿਰ ਕੀ ਕੀਤਾ ਜਾਵੇ? ਫਿਰ ਇਹ ਕਿ ਇੱਕ ਸਲੀਕਾ, ਇੱਕ ਤਹਿਜੀਬ ਗੁਰੂਆਂ ਨੇ ਤੁਹਾਨੂੰ ਦੱਸੀ ਸੀਗੀ, ਵੀ ਫਿਰ ਕੀ ਕੀਤਾ ਜਾਵੇ?